نظر تینا کو نان کا نام جنانی سان نظر تینا کو نان کا نام جنانی سان نظر تینا کو نان کا نام جنانی سان نظر تینا صفت تینا کو بخشی ہے سی پوتے دار سی پوتے دار کنجی جن کو دتیا تینا ملے پن
ਅਤੇ ਮੌਤ ਦਾ ਸਾਹਮਣਾ ਕਰ ਰਹੇ ਹਨ। ਇਸ ਬਿਮਾਰੀ ਦਾ ਨਾਮ ਹੈ ਕੈਂਸਰ। ਵਰਲਡ ਕੈਂਸਰ ਕੇਅਰ ਅੱਜ ਤੁਹਾਨੂੰ ਕੈਂਸਰ ਪ੍ਰਤੀ ਜਾਗਰੂਕ ਕਰੇਗੀ। ਕੈਂਸਰ ਇੱਕ ਜਾਨਲੇਵਾ ਬਿਮਾਰੀ ਹੈ ਜੋ ਪੂਰੀ ਦੁਨੀਆ ਵਿੱਚ ਮੌਤ ਦਾ ਵੱਡਾ ਕਾਰਨ ਬਣ ਰਹੀ ਹੈ। ਕੀ ਹਨ ਕੈਂਸਰ ਦੇ ਅੰਕੜੇ? ਪੂਰੀ ਦੁਨੀਆ ਵਿੱਚ 12% ਲੋਕ ਕੈਂਸਰ ਨਾਲ ਮਰਦੇ ਹਨ। ਭਾਰਤ ਵਿੱਚ ਹਰ ਸਾਲ 8 ਲੱਖ ਲੋਕਾਂ ਨੂੰ ਕੈਂਸਰ ਹੁੰਦਾ ਹੈ। ਪੰਜਾਬ ਵਿੱਚ ਔਰਤਾਂ ਨੂੰ ਛਾਤੀ ਅਤੇ ਮਰਦਾਂ ਨੂੰ ਗਦੂਦਾ ਦਾ ਕੈਂਸਰ ਜ਼ਿਆਦਾ ਹੈ। 70% ਤੋਂ 80% ਕੈਂਸਰ ਦਾ ਪਤਾ ਆਖਰੀ ਸਟੇਜ ਤੇ ਲੱਗਦਾ ਹੈ ਜਦੋਂ ਇਲਾਜ ਕਰਨਾ ਸੰਭਵ ਨਹੀਂ ਹੁੰਦਾ। ਪਰ ਡਰਨ ਦੀ ਕੋਈ ਲੋੜ ਨਹੀਂ ਕਿਉਂਕਿ ਕੈਂਸਰ ਦਾ ਇਲਾਜ ਸੰਭਵ ਹੈ ਅਗਰ ਪਹਿਲਾਂ ਪਤਾ ਲੱਗ ਜਾਵੇ। ਕੈਂਸਰ ਸੰਬੰਧੀ ਜਾਗਰੂਕ ਹੋਵੋ। ਕੈਂਸਰ ਦਾ ਇਲਾਜ ਸੰਭਵ ਹੈ। 80% ਤੋਂ 90% ਕੈਂਸਰ ਹੋਣ ਦੇ ਕਾਰਨ ਅਸੀਂ ਖੁਦ ਹਾਂ। ਕਿਵੇਂ ਕੈਂਸਰ? ਔਰਤ ਦੀ ਛਾਤੀ ਦਾ ਕੈਂਸਰ, ਲੀਵਰ ਦਾ ਕੈਂਸਰ, ਫੇਫੜਿਆਂ ਦਾ ਕੈਂਸਰ। ਛਾਤੀ ਦਾ ਕੈਂਸਰ, ਛਾਤੀ ਵਿੱਚ ਗੱਠ ਹੋਣਾ, ਨਿਪਲ ਵਿੱਚ ਰਿਸਾਵ, ਨਿਪਲ ਅੰਦਰ ਨੂੰ ਮੁੜ ਜਾਣਾ, ਇੱਕ ਛਾਤੀ ਵੱਡੀ ਜਾਂ ਛੋਟੀ, ਛਾਤੀ ਵਿੱਚ ਸੋਜ ਹੋਣਾ, ਦਰਦ ਖੂਨ ਆਉਣਾ, ਸੰਭੋਗ ਦੌਰਾਨ ਖੂਨ ਆਉਣਾ ਜਾਂ ਦਰਦ ਰਹਿਣਾ, ਗਰਭਕੋਸ਼ ਯੋਨੀ ਵਿੱਚੋਂ ਰਿਸਾਵ ਦਾ ਆਉਣਾ ਜਾਂ ਦਰਦ ਰਹਿਣਾ। ਮਰਦਾਂ ਵਿੱਚ ਗਦੂਦਾ ਦਾ ਕੈਂਸਰ, ਪਿਸ਼ਾਬ ਕਰਨ ਵਿੱਚ ਦਿੱਕਤ, ਪਿਸ਼ਾਬ ਦੀ ਪਤਲੀ ਧਾਰ ਬਣਨਾ, ਆਮ ਨਾਲੋਂ ਜ਼ਿਆਦਾ ਪਿਸ਼ਾਬ ਆਉਣਾ, ਖਾਸ ਤੌਰ 'ਤੇ ਰਾਤ ਨੂੰ ਜ਼ਿਆਦਾ ਪਿਸ਼ਾਬ ਆਉਣਾ। ਮੂੰਹ ਦਾ ਕੈਂਸਰ, ਮੂੰਹ ਵਿੱਚ ਛਾਲਾ ਜਾਂ ਜ਼ਖਮ ਜੋ ਜਲਦੀ ਠੀਕ ਨਹੀਂ ਹੁੰਦਾ, ਮੂੰਹ ਜਾਂ ਗਲੇ ਵਿੱਚ ਦਰਦ ਜੋ ਠੀਕ ਬਗੈਰ ਕਿਸੇ ਕਾਰਨ ਇੱਕ ਜਾਂ ਵੱਧ ਦੰਦਾਂ ਦਾ ਹਿਲਣਾ। ਖਾਣੇ ਵਾਲੀ ਨਾਲੀ ਦਾ ਕੈਂਸਰ, ਰੋਟੀ ਖਾਂਦੇ ਸਮੇਂ ਗਲੇ ਵਿੱਚ ਬੁਰਕੀ ਦਾ ਲੰਘਣਾ, ਉਲਟੀ ਰਾਹੀਂ ਜਾਂ ਰੇਸ਼ੇ ਰਾਹੀਂ ਖੂਨ ਦਾ ਆਉਣਾ। ਬਾਰੇ ਕੈਂਪ ਲਾਇਆ ਗਿਆ ਹੈ। ਮੈਂ ਆਪਣੇ ਨਗਰ ਵੱਲੋਂ ਔਰ ਸਾਰੀ ਸੰਬੰਧਿਤ ਕਮੇਟੀ ਵੱਲੋਂ, ਸਾਰੇ ਹੀ ਸਟਾਫ ਵੱਲੋਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ਸੋਚਿਆ ਕਿ ਬਹੁਤ ਚੰਗਾ ਉਦਮ ਸੋਚਿਆ ਹੈ, ਲੋਕਾਂ ਨੂੰ ਜਾਗਰਤ ਕੀਤਾ ਹੈ। ਮੈਂ ਸਾਰੀ ਹੀ ਟੀਮ ਦਾ, ਡਾਕਟਰ ਸਾਹਿਬਾਨ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਿੰਘ ਧਾਰੀਵਾਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਰੀ ਟੀਮ ਦਾ। ਥੈਂਕਸ ਕਰ ਰਹੇ ਹਾਂ ਇਸ ਪਿੰਡ ਦੇ ਨਗਰ ਪੰਚਾਇਤ ਦਾ ਐਂਡ ਜਸਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾਇਆ ਹੈ ਅਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਆ। ਜਲਦੀ ਠੀਕ ਨਹੀਂ ਹੁੰਦਾ, ਮੂੰਹ ਜਾਂ ਗਲੇ ਵਿੱਚ ਦਰਦ ਜੋ ਠੀਕ ਨਹੀਂ ਹੁੰਦੀ, ਮੂੰਹ ਜਾਂ ਗਲ ਵਿੱਚ ਸੋਜਿਸ਼, ਕਸਰਤ, ਤਣਾਅ ਮੁਕਤ ਜ਼ਿੰਦਗੀ। ਪ੍ਰਦੂਸ਼ਣ, ਹਵਾ ਵਿੱਚ ਪ੍ਰਦੂਸ਼ਣ ਕੈਂਸਰ ਦਾ ਕਾਰਨ ਹੋ ਸਕਦਾ ਹੈ। ਪਾਣੀ ਪੂਰੀ ਦੁਨੀਆ ਦੀ ਸਮੱਸਿਆ ਬਣਦਾ ਜਾ ਰਿਹਾ ਹੈ। ਸਾਫ ਸੁਥਰੇ ਪਾਣੀ ਦਾ ਸੇਵਨ ਅਤਿ ਜ਼ਰੂਰੀ ਹੈ। ਪਾਣੀ ਘੱਟ ਪੀਣਾ ਵੀ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।
जी, मैं हाँ डॉक्टर नवनीत फ्रॉम वर्ल्ड कैंसर केयर। अज साडा जिहड़ा वर्ल्ड कैंसर केयर तक अगला कैंप हैगा है, साडा श्री मुक्तसर साहिब फकरसर दे विच लगा होया है। ये जिहड़ा कैंप हैगा है पिंड दे एन आर आई सरदार जसपाल सिंह जिहड़े कि कैनेडा तो हैगे, उन्होंने लगवाया है। अज मैं तुहानू दसदा कि साडे कैंप दे विच की होण जा रहा है, की हो रहा है। साडे कैंप दे विच आपां 6 तरह के कैंसर की जाँच कर रहे हैं। सब तो पहला हैगा है मैमोग्राफी टैसट, जिहड़ा कि औरतां दे ब्रेस्ट ਦਾ ਟੈਸਟ ਹੈਗਾ ਹੈ। ਬ੍ਰੈਸਟ ਕੈਂਸਰ ਲਈ ਆਪਾਂ ਜਿਹੜੀ ਹੈ ਮੈਮੋਗ੍ਰਾਫੀ ਕਰ ਰਹੇ ਹਾਂ। ਦੂਜੇ ਨੰਬਰ 'ਤੇ ਹੈਗਾ ਪੈਪਸਮੀਅਰ, ਜਿਹੜਾ ਕਿ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਜਾਂਚ ਹੈਗੀ ਹੈ, ਜਿਹਨੂੰ ਕਿ ਆਪਾਂ ਸਰਵਿਕਸ ਕੈਂਸਰ ਕਹਿੰਦੇ ਹਾਂ, ਜਿਹੜਾ ਕਿ ਨੰਬਰ ਅੱਜ ਦੇ ਟਾਈਮ ਦੇ ਵਿੱਚ ਸੈਕਿੰਡ ਨੰਬਰ ਦੇ ਵਿੱਚ ਕੈਂਸਰ ਜਿਹੜਾ ਫੈਲ ਰਿਹਾ। ਉਸ ਤੋਂ ਬਾਅਦ ਮਰਦਾਂ ਦੇ ਵਿੱਚ ਆਪਾਂ ਗਦੂਦਾ ਦੇ ਕੈਂਸਰ ਦੇ ਲਈ PSA ਟੈਸਟ ਕਰ ਰਹੇ ਹੈਗੇ ਹਾਂ। ਅਤੇ ਉਸ ਤੋਂ ਬਾਅਦ ਆਪਾਂ ਅਗਰ ਗੱਲ ਕਰੀਏ ਮੂੰਹ ਅਤੇ ਗਲੇ ਦੀ, ਉਸ ਲਈ ਆਪਾਂ ਓਰਲ ਸਕਰੀਨਿੰਗ ਕਰ ਰਹੇ ਹਾਂ, ਜਿਹਦੇ ਵਿੱਚ ਕਿ ਆਪਾਂ ਇੰਟਰਵਲ ਕੈਮਰਾ, ਕੈਮਰਾ ਹੁੰਦਾ ਉਹਦੇ ਨਾਲ ਮੂੰਹ ਅਤੇ ਗਲੇ ਦੀ ਜਾਂਚ ਕਰਦੇ ਹਾਂ। ਇਸ ਤੋਂ ਇਲਾਵਾ ਪੇਸ਼ੈਂਟਸ ਦਾ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਚੈੱਕ ਹੋ ਰਿਹਾ ਹੈ। ਬਲੱਡ ਪ੍ਰੈਸ਼ਰ ਸ਼ੂਗਰ ਚੈੱਕ ਹੋਣ ਤੋਂ ਬਾਅਦ ਉਹਨਾਂ ਨੂੰ ਅਵੇਅਰਨੈਸ ਸੈਸ਼ਨ ਦਿੱਤੇ ਜਾ ਰਹੇ ਹੈ। ਅਵੇਅਰਨੈਸ ਲਈ ਸਾਡੇ ਕੋਲ ਇੱਕ ਬੱਸ ਦੇ ਵਿੱਚ ਵੀਡੀਓ ਦਿਖਾਈ ਜਾ ਰਹੀ ਹੈ, ਜਿਹੜੀ ਕਿ 5 ਤੋਂ 8 ਮਿੰਟ ਦੀ ਹੈ। ਬੰਦਿਆਂ ਲਈ ਅਲੱਗ ਹੈਗੀ ਹੈ ਅਤੇ ਲੇਡੀਜ਼ ਲਈ ਅਲੱਗ ਹੈਗੀ ਹੈ। ਉਸ ਵੀਡੀਓ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਂਸਰ ਕਿੱਦਾਂ ਹੁੰਦਾ ਹੈ, ਕੈਂਸਰ ਦੇ ਕੀ ਲੱਛਣ ਹੈਗੇ ਅਤੇ ਇੱਦਾਂ ਦਾ ਕੀ ਕਰੀਏ ਕਿ ਕੈਂਸਰ ਹੋਵੇ। ਕੈਂਸਰ ਦੇ ਪ੍ਰਤੀ ਜਾਗਰੂਕਤਾ ਲਈ ਸਾਡੀ ਜਿਹੜੀ ਇਹ ਵਰਲਡ ਕੈਂਸਰ ਕੇਅਰ ਦੀ ਟੀਮ ਹੈਗੀ ਹੈ, ਪੰਜਾਬ ਦੇ ਅਲੱਗ ਅਲੱਗ ਪਿੰਡਾਂ ਦੇ ਵਿੱਚ ਕੰਮ ਕਰ ਰਹੀ ਹੈ। ਅਤੇ ਸਾਡੇ ਜਿਹੜੇ ਚੇਅਰਮੈਨ ਹੈਗੇ ਸਰਦਾਰ ਗੁਰਵੰਤ ਸਿੰਘ ਜੀ ਧਾਲੀਵਾਲ, ਉਹਨਾਂ ਦਾ ਇਹੀ ਮੋਟਿਵ ਹੈਗਾ ਕਿ ਪੰਜਾਬ ਜਿਹੜਾ ਹੈਗਾ ਕਿ ਜਿਹਦੇ ਵਿੱਚ ਕੈਂਸਰ ਬੜੀ ਤੇਜ਼ ਰਫਤਾਰ ਨਾਲ ਵੱਧ ਰਿਹਾ ਹੈ, ਕਿ ਇਹਨੂੰ ਰੋਕਥਾਮ ਕਰ ਸਕੀਏ। ਥੈਂਕ ਯੂ ਬਾਕੀ ਪਿੰਡ ਦੇ ਬਾਕੀ ਸਾਡੇ ਜਿਹੜੇ ਸੁਸਾਇਟੀ ਦੇ ਨਾਲ ਜੁੜੇ ਵਲੰਟੀਅਰਸ ਹੈਗੇ ਆ, ਜਿਹੜੇ ਵਲੰਟੀਅਰ ਕੰਮ ਕਰ ਰਹੇ ਆ ਇੱਥੇ, ਉਹਨਾਂ ਦਾ ਵੀ ਬਹੁਤ ਬਹੁਤ ਥੈਂਕ ਯੂ। ਪਿੰਡ ਦੀ ਪੰਚਾਇਤ, ਲੋਕਾਂ ਦਾ ਵੀ, ਆਪਾਂ ਇਹੀ ਚਾਹੁੰਦੇ ਹਾਂ ਕਿ ਲੋਕ ਵੱਧ ਤੋਂ ਵੱਧ ਇਸ ਕੈਂਪ ਦਾ ਫਾਇਦਾ। ਅੱਛਾ ਡਾਕਟਰ ਸਾਹਿਬ, ਸਵੇਰ ਤੋਂ ਸ਼ਾਮ ਤੱਕ ਜਿਹਨੇ ਆਪਣੇ ਦੁਪਹਿਰ ਤੱਕ ਹੋ ਗਿਆ ਹੈ, ਕਿੰਨੇ ਕੁ ਪੇਸ਼ੈਂਟ ਆ ਚੁੱਕੇ ਇਹਦੇ ਵਿੱਚ? ਸਰ ਜਦੋਂ ਆਪਾਂ ਆਏ ਸੀ ਉਦੋਂ 250 ਪੇਸ਼ੈਂਟ ਦੀ ਰਜਿਸਟ੍ਰੇਸ਼ਨ ਆਲਰੇਡੀ ਹੋ ਚੁੱਕੀ ਸੀਗੀ, ਬਾਕੀ ਹੁਣ ਨਾਲ ਦੇ ਨਾਲ ਵੀ ਪੇਸ਼ੈਂਟਸ ਆ ਰਹੇ ਹੈਗੇ। ਇਹਨਾਂ ਦੀ ਡਿਟੇਲ ਆਪਾਂ ਜਦੋਂ ਸਾਡਾ ਕੈਂਪ ਓਵਰ ਹੋ ਜਾਂਦਾ ਅਤੇ ਆਪਾਂ ਤੁਹਾਨੂੰ ਕਿੰਨੇ ਟੈਸਟ ਹੋਏ ਆ ਅਤੇ ਕਿੰਨੇ ਪੇਸ਼ੈਂਟਸ ਅੱਜ ਆਪਾਂ ਇੱਥੇ ਚੈੱਕ ਕੀਤੇ, ਉਹਨਾਂ ਦੀ ਡਿਟੇਲ ਆਪਾਂ ਜਾਣ। ਅਤੇ ਮੈਮ, ਜਿਹਨਾਂ ਵਿੱਚ ਜਿੰਨੇ ਵੀ ਸਾਰੇ ਚੈੱਕਅਪ ਹੋਏ ਹੈਗੇ, ਉਹਨਾਂ ਵਿੱਚੋਂ ਕੋਈ ਕਿਸੇ ਦਾ ਲੱਛਣ ਮਿਲਿਆ ਆਪਾਂ ਨੂੰ ਕੈਂਸਰ ਹੋਣ ਦਾ? ਦੇਖੋ ਜੀ, ਜਿਹੜੇ ਟੈਸਟ ਹੋ ਰਹੇ ਉਹਨਾਂ ਦੀ ਰਿਪੋਰਟ 10 ਤੋਂ 15 ਦਿਨ ਦੇ ਵਿੱਚ ਇੱਥੇ ਤੁਹਾਨੂੰ ਦਿੱਤੀ ਜਾਏਗੀ। ਅਗਰ ਇਨ ਕੇਸ ਕੋਈ ਵੀ ਪੇਸ਼ੈਂਟ ਕੈਂਸਰ ਦਾ ਨਿਕਲਦਾ ਆ, ਤਾਂ ਆਪਾਂ ਉਹਨਾਂ ਨੂੰ ਪੂਰੀ ਗਾਈਡੈਂਸ ਹੋਊਗੀ, ਸਾਡਾ ਫੋਲੋਅਪ ਰਹਿੰਦਾ, ਆਪਾਂ ਉਹਨਾਂ ਨੂੰ ਕਾਲਸ ਕਰਦੇ ਹਾਂ ਕਿ ਉਹਨਾਂ ਨੂੰ ਕਿੱਥੇ ਜਾਣਾ ਚਾਹੀਦਾ ਅਤੇ ਸਰਕਾਰ ਸਾਡੀ ਕੀ ਮਦਦ ਕਰ ਰਹੀ ਹੈ। ਸਰਕਾਰ ਵੱਲੋਂ 1 ਲੱਖ 1.5 ਲੱਖ ਦਾ ਫੰਡ ਜਿਹੜਾ ਹੈਗਾ ਕੈਂਸਰ ਪੇਸ਼ੈਂਟਸ ਲਈ ਆ ਰਿਹਾ ਹੈ। ਜੇ ਆਪਾਂ ਬਠਿੰਡਾ ਜ਼ੋਨ ਦੀ ਗੱਲ ਕਰੀਏ, ਤਾਂ ਇੱਥੇ ਬਠਿੰਡਾ ਕੈਂਸਰ ਰਿਸਰਚ ਇੰਸਟੀਟਿਊਟ ਹੈਗਾ, ਉਹਦੇ ਵਿੱਚ 1.5 ਲੱਖ ਦਾ ਫੰਡ ਆ ਰਿਹਾ। ਅਗਰ ਇਸ ਤੋਂ ਬਾਅਦ ਦੀ ਗੱਲ ਕਰੀਏ ਤਾਂ ਫਰੀਦਕੋਟ ਦੇ ਵਿੱਚ ਵੀ ਇਹ ਫੰਡ ਆ ਰਿਹਾ। ਉਹਦੇ ਲਈ ਆਪਾਂ ਉਹਨਾਂ ਨੂੰ ਪ੍ਰੋਪਰ ਗਾਈਡ ਕਰਾਂਗੇ ਕਿ ਫਾਰਮ ਤੁਸੀਂ ਕਿੱਥੋਂ ਲੈ ਸਕਦੇ ਹੋ, ਕਿਵੇਂ ਭਰਵਾਉਣਾ ਅਤੇ ਕੀ ਹੋਵੇ।
ਸ਼੍ਰੀਕਾਲ ਜੀ ਸਾਰਿਆਂ ਨੂੰ। ਨਗਰ ਫਕਰਸਰ ਦੇ ਵਿੱਚ ਅੱਜ ਬੜਾ ਸੁਭਾਗਾਂ ਵਾਲਾ ਦਿਨ ਆਇਆ ਹੈਗਾ, ਸਾਰੇ ਇਕੱਠੇ ਹੋਏ ਹਾਂ ਅਤੇ ਆਪਣਾ ਵਰਲਡ ਕੇਅਰ ਕੈਂਸਰ ਦੀ ਤਰਫ ਤੋਂ, ਵਰਲਡ ਕੈਂਸਰ ਕੇਅਰ ਵਾਲਿਆਂ ਦੀ ਤਰਫ ਤੋਂ ਇਹ ਕੈਂਪ ਲਾਇਆ ਗਿਆ ਅਤੇ ਇਹ ਸਾਰਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਇਹ ਕੈਂਪ ਦਾ ਸ਼ੁਰੂਆਤ ਕੀਤੀ ਗਈ ਹੈ। ਜਿੰਨੇ ਵੀ ਲੋੜਵੰਦ ਭੈਣ ਭਰਾ ਸੀ ਆਸ ਪਾਸ ਦੇ ਪਿੰਡਾਂ ਤੋਂ ਵੀ ਦੂਰੋਂ ਨੇੜੇ ਹੋ ਗਏ ਸਾਰੇ ਚੱਲ ਕੇ ਆਏ ਨੇ ਅਤੇ ਬਹੁਤ ਅੱਛੀ ਤਰ੍ਹਾਂ ਚੈੱਕਅਪ ਹੋਇਆ, ਸਭ ਦਾ ਹੀ ਚੈੱਕਅਪ ਹੋਇਆ, ਬਹੁਤ ਅੱਛੀ ਤਰ੍ਹਾਂ ਚੈੱਕਅਪ ਹੋਇਆ। ਅਤੇ ਬਾਕੀ ਡਾਕਟਰ ਕੁਲਵੰਤ ਸਿੰਘ ਧਾਲੀਵਾਲ ਜੀ ਜੋ ਪੰਜਾਬ ਦੇ ਵਿੱਚ ਮੈਂ ਕਹਿੰਦੀ ਹਾਂ ਵੀ ਪਰਮਾਤਮਾ ਦਾ ਰੂਪ ਲੈ ਕੇ ਹਾਜ਼ਰ ਹੋਏ ਨੇ, ਨਾ ਕਿ ਸਿਰਫ ਕੈਂਸਰ ਤੋਂ ਹੀ ਸਾਨੂੰ ਅਵੇਅਰ ਕਰ ਰਹੇ ਨੇ ਬਲਕਿ ਸਮਾਜਿਕ ਕੁਰੀਤੀਆਂ ਤੋਂ ਵੀ ਸਾਨੂੰ ਦੂਰ ਰਹਿਣ ਲਈ ਪ੍ਰੇਰ ਰਹੇ ਨੇ। ਬਹੁਤ ਹੀ ਲੋਕਾਂ ਦੇ ਵਿੱਚ ਜਾਗਰੂਕਤਾ ਆਈ ਹੈ ਜਦੋਂ ਦੇ ਇਹ ਕੈਂਪ ਲੱਗਣੇ ਸ਼ੁਰੂ ਹੋਏ ਨੇ, ਲੋਕਾਂ ਨੂੰ ਸਿਹਤ ਦੇ ਨਾਲ ਨਾਲ ਸਮਾਜ ਲਈ ਵੀ ਲੋਕ ਬੜੇ ਸੁਚੇਤ ਹੋਏ ਨੇ। ਸਮਾਜ ਦੇ ਵਿੱਚ ਕਾਫੀ ਕੁਰੀਤੀਆਂ ਸੀ, ਹੁਣ ਵੀ ਹੈਗੀਆਂ ਵੈਸੇ, ਬਟ ਕੁਲਵੰਤ ਸਿੰਘ ਧਾਲੀਵਾਲ ਜੀ ਨੇ ਸਾਨੂੰ ਇੰਨਾ ਸਿੱਧੇ ਰਾਹ ਪਾਇਆ ਕਿ ਲੋਕਾਂ ਨੇ ਉਹਨਾਂ ਨੂੰ ਅਪਣਾਉਣਾ ਸ਼ੁਰੂ ਕੀਤਾ, ਉਹਨਾਂ ਦੇ ਪਿੱਛੇ ਲੱਗਣਾ ਸ਼ੁਰੂ ਕੀਤਾ, ਉਹਨਾਂ ਨੇ ਬੜਾ ਅਵੇਅਰ ਕੀਤਾ। ਜਿਸ ਤਰ੍ਹਾਂ ਕਿ ਸਾਡੇ ਆਮ ਪਿੰਡਾਂ ਦੇ ਵਿੱਚ ਪੇਂਡੂ ਭਰਾ ਮੱਝਾਂ ਦੇ ਟੀਕੇ ਵਗੈਰਾ ਲਗਾ ਕੇ ਦੁੱਧ ਕਹਿ ਦਿੰਦੇ ਹੈਗੇ ਜ਼ਿਆਦਾ ਹੈ ਜਾਂ ਕਿਸ ਤਰ੍ਹਾਂ, ਪਰ ਉਹ ਟੀਕੇ ਦੀ ਜਿਹੜੀ ਅੰਦਰ ਸਰੀਰ ਦੇ ਵਿੱਚ ਦੁੱਧ ਪੀਂਦੇ ਹਾਂ ਅਸੀਂ ਲੋਕ, ਉਹ ਫਿਰ ਅੱਗੋਂ ਜਾ ਕੇ ਬਿਮਾਰੀਆਂ ਦਾ ਕਾਰਨ ਬਣਦਾ। ਉਹ ਕਈ ਵਾਰ ਹੱਥ ਜੋੜ ਕੇ ਬੇਨਤੀ ਕਰਦੇ ਹੁੰਦੇ ਨੇ ਕਿ ਵੀ ਭੈਣਾਂ ਭਰਾਵਾਂ ਨੂੰ ਵੀਰ ਉਹ ਟੀਕੇ ਨਾ ਲਓ, ਹਰਾ ਚਾਰਾ ਹਰੀਆਂ ਸਬਜ਼ੀਆਂ ਖਾਓ, ਆਪਣੇ ਰੇਹ ਸਪਰੇਅ ਤੋਂ ਬਗੈਰ ਆਪਣੀ ਘੱਟੋ ਘੱਟ ਆਪਣੀ ਫੈਮਿਲੀ ਲਈ ਤਾਂ ਆਪਣੇ ਆਲੇ ਦੁਆਲੇ ਦੇ ਲਈ ਤਾਂ ਘਰ ਦੇ ਵਿੱਚ ਇੰਨੀ ਕੁ ਜ਼ਮੀਨ ਥੋੜ੍ਹੀ ਜਿਹੀ ਛੱਡਿਆ ਕਰੋ ਜਿਹਦੇ ਲਈ ਆਪਾਂ ਸਬਜ਼ੀਆਂ ਬਗੈਰ ਰੇਹ ਸਪਰੇਅ ਵਾਲੀਆਂ ਉਗਾ ਸਕੀਏ ਤਾਂ ਕਿ ਇਹ ਕੈਂਸਰ ਨੂੰ ਜਿਹੜਾ ਹੈਗਾ ਜੜੋਂ ਫਾੜ ਸਕੀਏ। ਸਮਾਜ ਦੇ ਵਿੱਚ ਬਹੁਤ ਵੱਡੀ, ਬਲਕਿ ਮੈਂ ਤਾਂ ਇਹ ਕਹੂੰਗੀ ਕਿ ਕੁਲਵੰਤ ਸਿੰਘ ਧਾਲੀਵਾਲ ਜੀ ਦੇ ਰੂਪ ਦੇ ਵਿੱਚ ਇੱਕ ਦੇਵਤਾ ਹੀ ਪੰਜਾਬ ਦੇ ਵਿੱਚ ਆਇਆ ਜਿਨ੍ਹਾਂ ਨੇ ਸਾਨੂੰ ਇਹ ਕਿਹਾ ਕਿ ਜਿਹੜੀ ਬਠਿੰਡੇ ਤੋਂ ਕੈਂਸਰ ਟ੍ਰੇਨ ਚੱਲਦੀ ਹੈ ਅਸੀਂ ਉਸ ਟ੍ਰੇਨ ਨੂੰ ਹੀ ਖਤਮ ਕਰਾਂਗੇ ਪੰਜਾਬ ਦੇ ਵਿੱਚੋਂ, ਇਸ ਤਰ੍ਹਾਂ ਨਾਲ ਅਸੀਂ ਕੈਂਸਰ ਨੂੰ ਖਤਮ ਕਰ ਦੇਣਾ। ਜਿਸ ਤਰ੍ਹਾਂ ਉਹ ਟ੍ਰੇਨ ਜਾਂਦੀ ਹੈ ਉਸ ਦਾ ਨਾਲ ਜਿਹੜਾ ਕੈਂਸਰ ਟ੍ਰੇਨ ਹੈ ਉਹ ਖਤਮ ਕਰਾਂਗੇ, ਆਮ ਯਾਤਰੀਆਂ ਦੀ ਟ੍ਰੇਨ ਬਣਾਵਾਂਗੇ ਉਸ ਨੂੰ। ਬਹੁਤ ਅੱਛੀ ਤਰ੍ਹਾਂ ਇੱਥੇ ਸਾਰੇ ਸਟਾਫ ਨੇ ਬਹੁਤ ਹੀ ਅੱਛੇ ਤਰੀਕੇ ਦੇ ਨਾਲ ਸਾਰੇ ਜਿੰਨੇ ਵੀ ਮਰੀਜ਼ ਆਏ ਸੀ ਸਾਰਿਆਂ ਦਾ ਚੈੱਕਅਪ ਕੀਤਾ, ਸਾਰਿਆਂ ਨੂੰ ਬਹੁਤ ਅੱਛੀ ਸਿੱਧੀ ਸੇਧ ਦਿੱਤੀ ਅਤੇ ਬਹੁਤ ਅੱਛਾ ਲੱਗਿਆ ਇਸ ਕੈਂਪ ਦੇ ਵਿੱਚ ਆ ਕੇ। ਜਿੰਨੇ ਵੀ ਭੈਣ ਭਾਈ ਆਏ ਸਾਰਿਆਂ ਨੂੰ ਇਹਨਾਂ ਨੇ ਨਗਰ ਸਮੂਹ ਸਾਰੇ ਨਗਰ ਵਾਸੀਆਂ ਦਾ ਧੰਨਵਾਦ ਕੀਤਾ। ਮੈਂ ਵੀ ਆਪਣੇ ਵੱਲੋਂ ਸਮੂਹ ਨਗਰ ਵਾਸੀਆਂ ਦਾ, ਸਮੂਹ ਸਟਾਫ ਦਾ, ਸਮੂਹ ਡਾਕਟਰ ਸਾਹਿਬਾਨ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਕੁਲਵੰਤ ਸਿੰਘ ਧਾਲੀਵਾਲ ਜੀ ਲਈ। ਸਲਿਊਟ ਸਰ, ਸਲਿਊਟ ਫੋਰ ਯੂ, ਸਲਿਊਟ, ਥੈਂਕ ਯੂ।
ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਨਗਰ ਪੰਚਾਇਤ ਫਤਿਹਗੜ੍ਹ ਦਾ ਅਤੇ ਪ੍ਰਧਾਨ ਦੇ ਪਿੰਡੀ ਸਾਹਿਬ ਦੇ ਪ੍ਰਧਾਨ ਮਲਕੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਜੋ ਉੱਦਮ ਕਰਕੇ ਇਹ ਕੈਂਪ ਲਗਾਇਆ ਹੈ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ।